ਉਹ ਲੱਗਦੀ ਤੂੰ ਮੱਕੀ ਦੀ ਛੱਲੀ ਨਿਕਲੀ ਦਸ ਕਦਰ ਨੂੰ ਚੱਲੀ ਮੇਰਾ ਦਿਲ ਤੇਰੇ ਤੇ ਆ ਗਿਆ ਮੈਂ ਤੈਨੂੰ ਗੱਲ ਸਮਝਾਵਾਂ ਨੀ ਆ ਬੈਠ ਬੁੜੀ ਦੇ ਤਾਂਗ ਤੇ ਤੈਨੂੰ ਸ਼ੇਰ ਕਰਾਵਾਂ ਨੀ ਆ ਬੈਠ ਬੁੜੀ ਦੇ ਤਾਂਗ ਤੇ ਤੈਨੂੰ ਸ਼ੇਰ ਕਰਾਵਾਂ ਨੀ ਆ ਬੈਠ ਬੁੜੀ ਦੇ ਤਾਂਗ ਤੇ ਤੈਨੂੰ ਸ਼ੇਰ ਕਰਾਵਾਂ ਨੀ ਕੀ ਕਹਿੰਦਾ ਬਾਬਾ ਮੈਨੂੰ ਇਹ ਪੂਰਾ ਸ਼ਰਮ ਨਹੀਂ ਹੈ ਤੈਨੂੰ ਹੱਥ ਧੋਕੇ ਪਿੱਛੇ ਪੈ ਗਿਆ ਮੈਂ ਤੇਰੇ ਪਿੰਡ ਚੋਂ ਲੰਗੀ ਵੀ ਬਾਬਾ ਮੈਂ ਤੇਰੀ ਟਾਂਗੀ ਤੂੰ ਪੈਦਲ ਹੀ ਚੰਗੀ ਵੀ ਬਾਬਾ ਮੈਂ ਤੇਰੀ ਟਾਂਗੀ ਤੂੰ ਪੈਦਲ ਹੀ ਚੰਗੀ ਵੀ ਬਾਬਾ ਮੈਂ ਤੇਰੀ ਟਾਂਗੀ ਤੂੰ ਪੈਦਲ ਹੀ ਚੰਗੀ ਬੇਟਾ ਸੀ ਉਹਦੀ ਲੱਤ ਟੁੱਟ ਗਈ ਸੀ ਵੱਡਾ ਬੇਟਾ ਸੀ ਉਹਦਾ ਚੂਲਾ ਨਿਕਲ ਗਿਆ ਸੀ ਇਸ ਤਰ੍ਹਾਂ ਕਰਕੇ ਹੀ ਐਸੀਆਂ ਮੁਸੀਬਤਾਂ ਪੈਂਦੀਆਂ ਪੈਂਦੀਆਂ ਤੇ ਬਸ 13 ਗੱਡੀ ਲਈ ਤੋ ਥਨੇ ਨਿਕਲ ਗਈ ਉਹ ਲੱਗਦੀ ਤੂੰ ਮੱਕੀ ਦੀ ਛੱਲੀ ਨਕਲੀ ਦਸ ਕਦਰ ਨੂੰ ਚੱਲੀ ਮੇਰਾ ਦਿਲ ਤੇਰੇ ਤੇ ਆ ਗਿਆ ਮੈਂ ਤੈਨੂੰ ਗੱਲ ਸਮਝਾਵਾਂ ਨੀ ਆ ਬੈਠ ਬੁੜੀ ਦੇ ਤਾਂਗ ਤੇ ਤੈਨੂੰ ਸ਼ੇਰ ਕਰਾਵਾਂ ਨੀ ਆ ਬੈਠ ਬੁੜੀ ਦੇ ਤਾਂਗ ਤੇ ਤੈਨੂੰ ਸ਼ੇਰ ਕਰਾਵਾਂ ਨੀ ਕੀ ਕਹਿੰਦਾ ਬਾਬਾ ਮੈਨੂੰ ਵੀ ਪੂਰਾ ਸ਼ਰਮ ਨਹੀਂ ਹੈ ਤੈਨੂੰ ਕੀ ਕਹਿੰਦਾ ਬਾਬਾ ਮੈਨੂੰ ਵੀ ਪੂਰਾ ਸ਼ਰਮ ਨਹੀਂ ਹੈ ਤੈਨੂੰ ਹੱਥ ਧੋਕੇ ਪਿੱਛੇ ਪੈ ਗਿਆ ਮੈਂ ਤੇਰੇ ਪਿੰਡ ਚੋਂ ਲੰਗੀ ਵੀ ਬਾਬਾ ਮੈ ਤੇਰੇ ਟਾਂਗੇ ਤੂੰ ਪੈਦਲ ਹੀ ਚੰਗੀ ਵੀ ਬਾਬਾ ਮੇਰੇ ਤੇਰੇ ਟਾਂਗੇ ਤੂੰ ਪਿਆਰ ਦੇ ਲਈ ਚੰਗੀ ਵੇ ਉਹ ਜਦੋਂ ਸੌਣ ਮਹੀਨਾ ਚੜ ਜਾਂਦਾ ਤੇ ਮੁੱਲ ਪੈਂਦਾ ਬੁੱਢੀਆਂ ਪੇਪੜਾਂ ਦਾ ਹਾਈ ਚਿੱਟੀ ਦਾੜੀ ਨਾ ਵੇਖ ਕੇ ਝੂਰ ਐਵੇਂ ਹਾਈ ਨੀ ਕਾਲਾ ਦਿਲ ਵੀ ਹਜੇ ਹੈ ਮਿੱਤਰਾਂ ਦਾ ਉਹ ਮੈਨੂੰ ਬੱਲੀਏ ਬੁਢਾ ਨਾ ਜਾਣੀ ਨਖਾਦੀ ਮੈਂ ਖੁਰਾ ਕਪਰਾਣੀ ਤੇਰੀ ਜੋਵਨ ਭਰੀ ਜਵਾਨੀ ਮ ਹੱਥਾਂ ਤੇ ਟਕਾਵਾ ਨੀ ਆਬੇ ਬੁੜੇ ਦੇ ਤਾਂਗੇ ਤੇ ਤੂੰ ਸ਼ੇਰ ਕਰਾ ਮਾਨੀ ਆ ਬੈਟ ਬੁੜੇ ਦੇ ਤਾਂਗੇ ਤੇ ਤੂੰ ਸ਼ੇਰ ਕਰਾ ਮਾਨੀ ਚਿੱਟੀ ਦਾੜੀ ਬਾਬਾ ਤੇਰੀ 28 ਸਾਲ ਉਮਰ ਹੈ ਮੇਰੀ ਚਿੱਟੀ ਦਾੜੀ ਬਾਬਾ ਤੇਰੀ 28 ਸਾਲ ਉਮਰ ਹੈ ਮੇਰੀ ਤੂੰ ਮਾਡਲ ਸੰਤਾਲੀ ਦੇ ਤੂੰ ਮਾਡਲ ਸੰਤਾਲੀ ਹੁਣੇ ਕਬਰਾਂ ਵਿੱਚ ਮੰਜੀ ਬਾਬਾ ਮੈਂ ਤੇਰੇ ਟਾਂਗੇ ਤੂੰ ਪੈਦਲ ਹੀ ਚੰਗੀ ਵੀ ਬਾਬਾ ਮੈਂ ਤੇਰੇ ਟਾਂਗੇ ਤੂੰ ਪੈਦਲ ਹੀ ਚੰਗੀ ਓਏ ਆਉਂਦੀ ਜਵਾਨੀ ਇੱਥੇ ਹਰ ਕੋਈ ਵੇਂਦਾ ਪਰ ਜਾਂਦੀ ਕਿਸੇ ਨਾ ਡਿਠੀ ਕੀ ਮਨ ਯਾਦ ਹੈ ਬੰਦਿਆ ਤੇਰੀ ਓ ਤੂੰ ਤੇ ਆਖਰ ਹੋਣਾ ਮਿੱਟੀ ਪਰ ਇਸ਼ਕ ਨੇ ਹਰ ਦਮ ਤਾਜ਼ਾ ਰਹਿਣਾ ਹਾਏ ਤੇ ਪਾਵੇਂ ਦਾੜੀ ਹੋ ਉਹ ਜੈ ਚਿੱਟੀ ਤੂੰ ਬੈਠਦਾ ਸੀ ਇੱਕ ਵਾਰ ਹੀ ਨਹੀਂ ਮੇਰੀ ਬਣ ਕੇ ਵੇਖ ਸਵਾਰੀ ਉਹ ਗਿਆਸਪੁਰੇ ਤੋਂ ਤੈਨੂੰ ਮੈਂ ਘੰਟਾ ਕਰ ਦਿਖਾਵਾਂ ਨਹੀਂ ਆ ਬੈਠ ਬੁੜੇ ਦੇ ਤਾਂਗੇ ਤੇ ਤੂੰ ਸ਼ੇਰ ਕਰਾ ਮਾਨੀ ਆ ਬੈਠ ਬੁੜੇ ਦੇ ਤਾਂਗੇ ਤੇ ਤੂੰ ਸ਼ੇਰ ਕਰਾ ਮਾਨੀ ਮੈਂ ਗੱਲ ਸਮਝੀ ਜੋ ਤੂੰ ਚਾਉਂਦਾ ਵੇਖਾ ਤੂੰ ਟਾਂਗੀ ਵਿੱਚ ਬਿਠਾਉਂਦਾ ਮੈਂ ਗੱਲ ਸਮਝੀ ਜੋ ਤੂੰ ਚਾਉਂਦਾ ਵੇਖਾ ਤੂੰ ਟਾਂਗੀ ਵਿੱਚ ਬਿਠਾਉਂਦਾ ਤੇਰੀ ਵੀ ਕੋਈ ਰੂਹੀ ਬਾਂਗੂ ਕੋਟ ਦੋ ਸੰਗੀ ਵੀ ਬਾਬਾ ਮੈਂ ਤੇਰੇ ਟਾਂਗੇ ਤੂੰ ਪੈਦਲ ਹੀ ਚੰਗੀ ਵੀ ਬਾਬਾ ਮੈਂ ਤੇਰੇ ਟਾਂਗੇ ਤੂੰ ਪੈਦਲ ਹੀ ਚੰਗੀ ਵੇ ਓਏ ਅੱਜ ਬੈਠ ਬੁੜੀ ਦੇ ਟਾਂਗੇ ਤੇ ਤੂੰ ਸ਼ੇਰ ਕਰਾ ਮਾਨੀ ਬਾਬਾ ਮੈਂ ਤੇਰੇ ਟਾਂਗੇ ਤੂੰ ਪੈਦਲ ਹੀ ਚੰਗੀ ਵੇ ਬਹੁਤ ਵਧੀਆ ਗੀਤ ਬਾਦ ਸਿੰਘ ਬਾਦ ਜੀ ਤੁਸੀਂ ਤਾਂ ਆਵਾਜ਼ ਥੋੜੀ ਟੱਲੀ ਵਰਗੀ ਪਈ ਐ ਤੇ ਪਰ ਇਹ ਬਾਜ ਉਡਾਰੀਆਂ ਮਾਰਨੋਂ ਕਿਉਂ ਬੰਦ ਹੋ ਗਿਆ ਕੀ ਚੱਕਰ ਕੀ ਪਿਆ ਸੀ ਦੇਖੋ ਜੀ ਕੁਝ ਕਿਸਮਤਾਂ ਦੇ ਸੌਦੇ ਆ ਜੀ ਕੋਈ ਨਾ ਕੋਈ ਨਾ ਉਤਰਾ ਚੜ੍ਹਾ ਜਿੰਦਗੀ ਚ ਆਉਂਦਾ ਜਾਂ ਫੇਰ ਵੀ ਮੈਂ ਸਰੋਤਿਆਂ ਦਾ ਤਹਿਤ ਲੋਤਨਵਾਰ ਕਰਦਾ ਨਹੀਂ ਮੈਂ ਬਾਈ ਜੀ ਇੱਕ ਸਾਡੇ ਨਿਊਜ਼ ਜ਼ਾਰਕ ਤੋਂ ਜੀ ਮਨਜੀਤ ਸਿੰਘ ਜੀ ਨਿਊਜ਼ ਜ਼ਾਰਕ ਤੋਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਉਠਾਇਆ ਜੀ ਮੇਲੇਆਂ ਚ ਲਜਾ ਲਾ ਕੇ ਆਪਣੇ ਕੋਲੋਂ ਪੈਸੇ ਦੇ ਕੇ ਮੇਲੇ ਵਾਲਿਆਂ ਨੂੰ ਤੇ ਮੈਨੂੰ ਫੇਰ ਇਹਨਾਂ ਨੇ ਸਟੇਜ ਤੇ ਲਿਆ ਕੇ ਸ਼ੁਰੂ ਕਰਦਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹੋ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਬੜਾ ਮਾਣ ਬਖਸ਼ਿਆ ਜੀ ਨਹੀਂ ਤੇ ਇੱਕਦਮ ਬਾਈ ਜੀ ਇਹ ਕਿਵੇਂ ਮਾਹੌਲ ਬਣ ਗਿਆ ਵੀ ਜਿਹੜਾ ਬਾਜ ਲੋਕਾਂ ਦਾ ਇੰਟਰਟੇਨ ਕਰਦਾ ਸੀ ਜਿਹੜੀ ਜੋੜੀ ਜਿਹੜੀ ਲੋਕਾਂ ਨੂੰ ਖੁਸ਼ ਕਰਦੀ ਸੀ ਉਹ ਮਤਲਬ ਰੋਣ ਲਈ ਮਜਬੂਰ ਹੋ ਗਏ ਇਹਨਾਂ ਮਾੜਾ ਸਮਾਂ ਆ ਕਿਵੇਂ ਗਿਆ ਆਇਆ ਜ ਤੇ ਕਰੋਨਾ ਤੋਂ ਬਾਅਦ ਫਿਰ ਇੱਕ ਕੰਮ ਬੰਦ ਹੋ ਗਏ ਜੀ ਕੰਮ ਬੰਦ ਹੋਏ ਕੁਝ ਮੁਸੀਬਤਾਂ ਐਸੀਆਂ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਬੇਟਾ ਸੀ ਉਹਦੀ ਲੱਤ ਟੁੱਟ ਗਈ ਸੀ ਵੱਡਾ ਬੇਟਾ ਸੀ ਉਹਦਾ ਚੂਲਾ ਨਿਕਲ ਗਿਆ ਸੀ ਇਸ ਤਰ੍ਹਾਂ ਕਰਕੇ ਹੀ ਐਸੀਆਂ ਮੁਸੀਬਤਾਂ ਪੈਂਦੀਆਂ ਪੈਂਦੀਆਂ ਤੇ ਬਸ ਕੇਹੜਾ ਗੱਡੀ ਲਈ ਤੋਂ ਥੱਲੇ ਨਿਕਲ ਗਈ ਸੀ ਤੇ ਫਿਰ ਉਦੋਂ ਮੈਡਮ ਨੇ ਸੁਖਵਿੰਦਰ ਸੁਖੀ ਜੀ ਨੇ ਸਾਥ ਦਿੱਤਾ ਤੁਹਾਡਾ ਤਾਂ ਕਿਵੇਂ ਦੇਖੋ ਜੀ ਸਾਥ ਤਾਂ ਸਾਰਿਆਂ ਨੇ ਦਿੱਤਾ ਜੀ ਜਿੰਨੀ ਜੋ ਕਰਾਇਆ ਜੀ ਹਿੰਮਤ ਤਾਂ ਸਾਰਿਆਂ ਦੀ ਹੌਸਲੇ ਇਹਨਾਂ ਦੇ ਹੌਸਲੇ ਸੀ ਜੀ ਇਹਨਾਂ ਦੇ ਹੌਸਲੇ ਨਾਲੇ ਫਿਰ ਉੱਥੇ ਦੁਬਾਰਾ ਫੇਰ ਮੇ ਤੁਹਾਡੇ ਗਾਣੇ ਬਹੁਤ ਵਧੀਆ ਹੱਜ ਵੀ ਲੋਕ ਸੁਣਦੇ ਨੇ ਤੇ ਉਹ ਗਾਣਿਆਂ ਦੀ ਜਦੋਂ ਸਟਾਰਟਿੰਗ ਹੁੰਦੀ ਹੈ ਨਾ ਜਦੋਂ ਤੁਸੀਂ ਇਸ ਪਿੰਡ ਦੇ ਵਿੱਚ ਆਏ ਤਾਂ ਤੁਹਾਡਾ ਸਾਥ ਕਿਵੇਂ ਬਣਿਆ ਤੁਹਾਡਾ ਜੋੜ ਕਿਵੇਂ ਮਿਲਿਆ ਆਪਸ ਸਾਥ ਆ ਯਾਰ ਬਸ ਕੁਦਰਤੀ ਰੱਬ ਮੇਲ ਕਰਾਉਣ ਵਾਲਾ ਜੀ ਮੇਲਿਆਂ ਚ ਮੇਲ ਹੋਇਆ ਜੀ ਪਰ ਸਾਡੇ ਇੱਕ ਸਾਡੇ ਇੱਕ ਪਹਿਲਾਂ ਤੋਂ ਪਰਿਵਾਰ ਕਰ ਰਿਲੇਸ਼ਨ ਸੀ ਜੀ ਵਧੀਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਜੀ ਨਹੀਂ ਜੇ ਜੇ ਤੁਹਾਡੀ ਪਹਿਲੀ ਐਲਬਮ ਆਉਂਦੀ ਆ ਰਾਜੀਨਾਮਾ ਕਰ ਮਿੱਤਰਾ ਉਹ ਤੋਂ ਪਹਿਲਾਂ ਹੀ ਤੁਸੀਂ ਗਾਉਣਾ ਆਪਸ ਦੇ ਵਿੱਚ ਇਕੱਠੇ ਸਟਾਰਟ ਕਰ ਹਾਂਜੀ ਹਾਂਜੀ ਜੋ ਤੋਂ ਪਹਿਲਾਂ ਅਸੀਂ 2-3 ਸਾਲ ਜੀ ਮਿਹਨਤ ਕੀਤੀ ਆ ਫਿਰ ਅਸੀਂ ਉਸ ਤੋਂ ਪਹਿਲਾਂ ਇੱਕ ਸਾਰੇ ਪੰਜਾਬ ਦਾ ਜਿਹੜਾ ਲਾਇਆ ਸੀ ਫਲੋਰ ਤੋਂ ਸੀਗੇ ਜੀ ਸਾਡੇ ਨਾਲ ਉਹਨਾਂ ਨਾਲ ਅਸੀਂ ਟੂਰ ਲਾਇਆ ਜੀ ਇੱਕ ਸਟੇ ਸਾਡੀ ਲੱਗੀ ਸੀਗੀ ਟੈਂਪੋ ਟਰੈਵਲ ਤੇ ਵੱਡੀ ਤੇ ਉਹ ਜਿਹੜੇ ਟਾਟਾ 407 ਸੀ ਉਹਨਾਂ ਤੇ ਲੱਗੀ ਸੀ ਸਾਰਾ ਪੰਜਾਬ ਘੁੰਮਿਆ ਜੀ ਉਦੋਂ ਗੀਤ ਸਾਡਾ ਰਿਕਾਰਡ ਹੋ ਗਿਆ ਸੀ ਪਰ ਰਿਕਾਰਡ ਹੋਣ ਤੋਂ ਪਹਿਲਾਂ ਹੀ ਅਸੀਂ ਪਿੰਡਾਂ ਦੇ ਵਿੱਚ ਉਹ ਗਾਇਆ ਜੀ